ਲਓ ਵੀ ਬਾਬਿਓ ਖਾਸ ਖਾਸ ਬੀਜ ਦਿੱਤੀ ਗਈ ਆ, ਦੇਖ ਲਓ ਸਿੱਟਾ ਦਿੱਤਾ ਗਿਆ, ਪੂਰੀ ਵੀਡੀਓ ਆ ਰਹੀ ਆ ਬਹੁਤ ਜਲਦੀ। ਚੇਅਰਮੈਨ ਸਾਹਿਬ ਬਣਾਉਣਗੇ ਕਿਵੇਂ ਤਰ੍ਹਾਂ ਦੀ ਵੀਡੀਓ ਬਹੁਤ ਜਲਦੀ ਵੀਡੀਓ ਆ ਰਹੀ ਆ। ਸਰਕਾਰ ਦਾ ਕੋਈ ਬੈਨ ਬੂਨ ਲੱਗ ਸਕਦਾ ਸੀ ਪਰ ਡਰਾਂਗੇ ਨੀ। ਖਾਸ ਖਾਸ ਬੀਜ ਦਿੱਤੀ ਗਈ ਆ ਬਾਬਿਓ, ਪਹਿਲੀ ਸੂਰਤ ਪੰਜਾਬ ਦੇ ਵਿੱਚ ਬਾਬੇ ਕੋਟ ਦੇ ਨਾਲ ਮੁੰਡਿਆਂ ਨੇ ਕਰੀ ਆ ਖਾਸ ਖਾਸ ਦੀ ਖੇਤੀ ਸੂਰਤ। ਜਥੇਬੰਦੀਆਂ ਪੂਰੇ ਜਥੇਬੰਦੀ ਪੂਰੀ ਐਂਡ ਐਕਟਿਵਾ ਖੜੀ ਆ ਸਾਰੀ ਜਥੇਬੰਦੀ। ਅਫੀਮ ਦੀ ਖੇਤੀ ਤੇ ਪੰਜਾਬ ਚ ਪੂਰਨ ਤੌਰ ਤੇ ਪਾਬੰਦੀ ਹੈ, ਪਰ ਇਹ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਚਰਚਿਤ ਹੋ ਰਹੀ ਹੈ, ਜਿਸ ਚ ਅਫੀਮ ਦੀ ਖੇਤੀ ਬੀਜਣ ਦੀ ਗੱਲ ਕਹੀ ਜਾ ਰਹੀ ਹੈ। ਪੰਜਾਬ ਪੁਲਿਸ ਵੀ ਇਸ ਨੌਜਵਾਨ ਦੀ ਭਾਲ ਕਰ ਰਹੀ ਹੈ। ਕਾਰਨ ਇਹ ਹੈ ਕਿ ਇਹ ਨੌਜਵਾਨ ਨੇ ਖਸਖਸ ਦਾ ਛਿੱਟਾ ਮਾਰਨ ਦਾ ਦਾਵਾ ਕੀਤਾ। ਸਭ ਤੋਂ ਪਹਿਲਾਂ ਤੁਸੀਂ ਵੀ ਦੇਖੋ ਇਹ ਪੂਰੀ ਵੀਡੀਓ। ਲਓ ਵੀ ਬਾਬਿਓ ਖਸਖਸ ਬੀਜ ਦਿੱਤੀ ਗਈ ਆ, ਦੇਖ ਲਓ ਛਿੱਟਾ ਦਿੱਤਾ ਗਿਆ, ਪੂਰੀ ਵੀਡੀਓ ਆ ਰਹੀ ਆ ਬਹੁਤ ਜਲਦੀ। ਚੇਅਰਮੈਨ ਸਾਹਿਬ ਬਣਾਉਣਗੇ ਕਿੰਨੇ ਦਿਨਾਂ ਤੱਕ ਵੀਡੀਓ ਆ ਰਹੀ ਹੈ ਜੀ। ਬਹੁਤ ਜਲਦੀ ਵੀਡੀਓ ਆ ਰਹੀ ਆ, ਸਰਕਾਰ ਦਾ ਕੋਈ ਬੈਨ ਬੂਨ ਲੱਗ ਸਕਦਾ ਸੀ ਪਰ ਡਰਾਂਗੇ ਨੀ। ਖਸਖਸ ਬੀਜ ਦਿੱਤੀ ਗਈ ਆ ਬਾਬਿਓ, ਪਹਿਲੀ ਸੂਰਤ ਪੰਜਾਬ ਦੇ ਵਿੱਚ ਬਾਬੇ ਕੋਟ ਦੇ ਨਾਲ ਮੁੰਡਿਆਂ ਨੇ ਕਰੀ ਆ ਖਸਖਸ ਦੀ ਖੇਤੀ ਸੂਰਤ। ਜਿਹੜੀ ਤੁਹਾਨੂੰ ਕਿਹਾ ਸੀਗਾ 12 ਯਟਰ ਜਿਹੜਾ ਕਰ ਲਿਆ ਬਾਬੇ ਨਵਾਉਣ, ਤੁਹਾਨੂੰ ਪਤਾ ਜਿਹੜਾ ਨਵਾਤਾ ਜਿਹੜਾ ਵਾਅਦਾ ਕਰਿਆ ਸੀ, ਅੱਜ ਤੱਕ ਜਿਹੜੀ ਗੱਲ ਕਹੀ ਆ ਤੇ ਕਰਕੇ ਦਿਖਾਈ ਆ। ਐਵੇਂ ਕਿਤੇ ਪਾਣੀ 'ਚ ਡਾਂਗਾ ਨਹੀਂ ਮਾਰੀਆਂ ਬਾਬਿਓ, ਖਸ ਖਸ ਬੀਜ ਦਿੱਤੀ ਗਈ ਆ। ਪੰਜਾਬ ਦੇ ਵਿੱਚ ਭੁੱਕੀ ਬੀਮ ਦੀ ਖੇਤੀ ਹੋਣੀ ਸ਼ੁਰੂ ਹੋ ਗਈ ਹੈ ਤੇ ਭਾਈ ਨਹੀਂ ਕਰਿਆ, ਤੁਹਾਨੂੰ ਪੂਰੀ ਗੱਲ ਵੀਡੀਓ ਵਿੱਚ ਦਿਖਾਵਾਂਗੇ। ਤੇ ਸਾਡੇ ਜਥੇਬੰਦੀਆਂ ਪੂਰੇ ਜਥੇਬੰਦੀ ਪੂਰੀ ਐਂਡ ਐਕਟਿਵਾ ਖੜੀ ਆ ਸਾਰੀ ਜਥੇਬੰਦੀ ਤੇ ਸਾਰੇ ਜਥੇਬੰਦੀ ਪ੍ਰਧਾਨ ਸਾਹਿਬ ਨੇ। ਇਹ ਨੌਜਵਾਨ ਬਰਨਾਲਾ ਦੇ ਪਿੰਡ ਕੋਟ ਦੂਨਾ ਦਾ ਦੱਸਿਆ ਜਾ ਰਿਹਾ। ਵੀਡੀਓ ਵਾਇਰਲ ਹੋਈ ਤਾਂ ਪ੍ਰਸ਼ਾਸਨ ਨੂੰ ਹੱਥਾਂ ਪੈਰਾਂ ਦੀ ਪੈ ਗਈ। ਡਿਪਟੀ ਕਮਿਸ਼ਨਰ ਵੱਲੋਂ SSP ਨੂੰ ਕਾਰਵਾਈ ਕਰਨ ਦੇ ਨਿਰਦੇਸ਼ ਵੀ ਜਾਰੀ ਕਰ ਦਿੱਤੇ ਨੇ। ਦੇਖੋ ਇਸ ਸੰਬੰਧੀ ਮੈਨੂੰ ਕੋਈ ਖਬਰ ਨਹੀਂ ਆਈ ਅਤੇ ਅੱਜ ਕੱਲ੍ਹ ਕਈ ਲੋਕ ਆਪਣੀਆਂ ਫਾਲਸ ਵੀਡੀਓ, ਜਿਵੇਂ ਕਿ ਗਲਤ ਕਿਸਮ ਦੀਆਂ ਵੀਡੀਓ ਬਣਾ ਰਹੇ ਹਨ, ਜਿਸ ਨਾਲ ਲੋਕਾਂ ਨੂੰ ਇੱਕ ਭੜਕਾਉਂਦੇ ਹਨ ਅਤੇ ਸੋਸਾਇਟੀ ਵਿੱਚ ਗਲਤ ਮੈਸੇਜ ਆਉਂਦਾ ਹੈ। ਫਿਰ ਵੀ ਇਸ ਦੀ ਅਸੀਂ ਇਨਕੁਆਇਰੀ ਕਰਾਂਗੇ ਅਤੇ ਜੇ ਇਸ ਵਿੱਚ ਕੋਈ ਵੀ ਸੱਚਾਈ ਪਾਈ ਗਈ ਤਾਂ ਉਸ 'ਤੇ ਪੂਰੀ ਸਖਤੀ ਨਾਲ ਅਸੀਂ ਕਾਰਵਾਈ ਕਰਾਂਗੇ। ਪਰ ਇਹ ਵੀ ਜੇ ਪਾਇਆ ਗਿਆ ਕਿ ਇਹ ਜਿਹੜੀ ਵੀਡੀਓ ਹੈ ਜੇ ਗਲਤ ਬਣਾਈ ਗਈ ਹੈ, ਇਹਨਾਂ ਖਿਲਾਫ਼ ਵੀ ਅਸੀਂ ਕਾਰਵਾਈ ਕਰਾਂਗੇ। SHO ਰੂੜੇਕੇ ਨੂੰ ਇਹਦੇ ਸੰਬੰਧ 'ਚ ਨੋਟ ਵੀ ਕਰਵਾਇਆ ਗਿਆ ਔਰ ਉਹਨਾਂ ਨੇ ਜਾ ਕੇ ਮੌਕਾ ਵੀ ਦੇਖਿਆ। ਜੋ ਮੁੱਢਲੀ ਪੜਤਾਲ ਤੋਂ ਵੀਡੀਓ ਜਿਹੜੀ ਹੈ ਉਹ ਚੀਨੇਵਾਲ ਪਿੰਡ ਦੀ ਪਾਈ ਗਈ ਹੈ ਔਰ ਜਿਹੜਾ ਵਿਅਕਤੀ ਇਹ ਵੀਡੀਓ ਵਾਇਰਲ ਕਰ ਰਿਹਾ ਉਹਦੇ 'ਤੇ ਕਾਨੂੰਨ ਅਨੁਸਾਰ ਅਸੀਂ ਕਾਰਵਾਈ ਵੀ ਕਰ ਰਹੇ ਹਾਂ ਤਾਂ ਕਿ ਸਮਾਜ ਦੇ ਵਿੱਚ ਕੋਈ ਵੀ ਕਿਸੇ ਕਿਸਮ ਦੀ ਗਲਤ ਪ੍ਰਚਾਰ ਨਾ ਹੋ ਸਕੇ। ਔਰ ਮੁੱਢਲੀ ਪੜਤਾਲ ਤੋਂ ਇਹ ਜਿਹੜੀ ਵੀਡੀਓ ਇੱਕ ਟੈਲੀਫਿਲਮ ਕੋਮੇਡੀ ਦੀ ਤਰ੍ਹਾਂ ਜਾਪ ਰਹੀ ਹੈ, ਪਰ ਫਿਰ ਵੀ ਜਿਹੜੀ ਮੌਕੇ 'ਤੇ ਪਹੁੰਚ ਕੇ SHO ਵੱਲੋਂ ਤਸਦੀਕ ਕੀਤੀ ਗਈ ਹੈ ਔਰ ਇਹੋ ਜਿਹੀ ਕੋਈ ਗੱਲ ਸਾਹਮਣੇ ਨਹੀਂ ਆਈ ਕਿ ਕੋਈ ਖਸਖਸ ਦੀ ਖੇਤੀ ਜਾਂ ਕੁਛ ਇੱਦਾਂ ਹੋ ਰਿਹਾ ਹੋਵੇ। ਪਰ ਇਹ ਜਿਹੜਾ ਵਿਅਕਤੀ ਹੈ ਜਿਹੜਾ ਕਿ ਕੋਟ ਦੂਨੇ ਦਾ ਰਹਿਣ ਵਾਲਾ, ਉਹਦੇ ਖਿਲਾਫ਼ ਅਸੀਂ ਕਾਨੂੰਨ ਅਨੁਸਾਰ ਕਾਰਵਾਈ ਕਰਾਂਗੇ। ਇਸੇ ਕਰਕੇ ਮੈਂ ਤੁਹਾਨੂੰ ਕਿਹਾ ਹੈਗਾ ਕਿ ਕਾਨੂੰਨੀ ਰਾਏ ਲੈ ਕੇ ਇਸ ਵਿਅਕਤੀ ਦੇ ਖਿਲਾਫ਼ ਜੋ ਵੀ ਕਾਰਵਾਈ ਬਣੇਗੀ ਉਹ ਸਾਡੇ ਵੱਲੋਂ ਜ਼ਰੂਰ ਕੀਤੀ ਜਾਏਗੀ, ਕਿਉਂਕਿ ਪਹਿਲਾਂ ਵੀ ਇਸ ਵਿਅਕਤੀ ਨੇ ਇਸ ਤਰ੍ਹਾਂ ਦੀਆਂ ਕੋਮੇਡੀ ਵੀਡੀਓਜ਼ ਵਾਇਰਲ ਕਰਕੇ ਅਤੇ ਸਮਾਜ ਦੇ ਵਿੱਚ ਗਲਤ ਮੈਸੇਜ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਹੈ। ਵੀਡੀਓ 'ਚ ਨੌਜਵਾਨ ਦੀ ਜੇਬ 'ਤੇ ਕਿਸੇ ਕਿਸਾਨ ਜਥੇਬੰਦੀ ਦਾ ਚਿੰਨ੍ਹ ਲੱਗਿਆ ਹੋਇਆ। ਹੋਰ ਤਾਂ ਹੋਰ, ਨੇੜੇ ਖੜ੍ਹੇ ਕੁਝ ਹੋਰ ਲੋਕਾਂ ਦੇ ਹੱਥ 'ਚ ਵੀ ਕਿਸਾਨ ਜਥੇਬੰਦੀ ਦੇ ਝੰਡੇ ਅਤੇ ਪੱਗਾਂ ਵੀ ਹਰੀਆਂ ਬੰਨੀਆਂ ਹੋਈਆਂ ਨੇ। ਸਰਕਾਰ ਅਤੇ ਪ੍ਰਸ਼ਾਸਨ ਨੂੰ ਚੁਣੌਤੀ ਦੇਣ ਵਾਲੇ ਇਸ ਨੌਜਵਾਨ ਦੀ ਤਲਾਸ਼ ਕੀਤੀ ਜਾ ਰਹੀ ਹੈ। ਖੈਰ, ਇਸ ਵੀਡੀਓ ਦੀ ਅਸਲ ਸੱਚਾਈ ਕੀ ਹੈ ਇਹ ਤਾਂ ਸਮੇਂ ਦੇ ਗਰਭ ਵਿੱਚ ਛੱਡ ਦੇਣਾ ਚਾਹੀਦਾ ਹੈ, ਪਰ ਜੇਕਰ ਇਹ ਸੱਚਮੁੱਚ ਇੱਕ ਮਜ਼ਾਕੀਆ ਵੀਡੀਓ ਹੈ ਤਾਂ ਸਿੱਧੇ ਤੌਰ 'ਤੇ ਇੱਕ ਕਾਨੂੰਨ ਦਾ ਮਜ਼ਾਕ ਉਡਾਉਣ ਦੀ ਗੱਲ ਹੈ। ਵਨੀਤ ਸ਼ਰਮਾ, ਗਲੋਬਲ ਪੰਜਾਬ TV, ਬਰਨਾਲਾ।